ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਾਬਾਸ਼, ਧੰਨਵਾਦ ਕਰੋ ਪਿਆਰੇ। ਜਦੋਂ ਇਸ ਤਰ੍ਹਾਂ ਅਸੀਂ ਸਿਮਰਨ ਕਰਾਂਗੇ, ਸੰਗਤ ਵਿੱਚ ਪਾਂਡੇ ਮਾਂਜਾਂਗੇ, ਸੇਵਾ ਕਰਾਂਗੇ, ਇਹ ਹੈਗੀ ਸੰਤਾਂ ਕੀ ਸੇਵਾ, ਸੰਤ ਕੀ ਸੇਵਾ ਨਾਮ ਧਿਆਈਏ। ਇਹਦੇ ਨਾਲ ਸਾਡੀ ਆਰਥਿਕ ਕਮਜ਼ੋਰੀ ਦੂਰ ਹੋ ਜਾਂਦੀ ਹੈ। ਚਾਰ ਪਦਾਰਥ ਮਿਲਦੇ ਨੇ, ਜਿਵੇਂ ਆਪਣੇ ਅੱਜ ਬੱਚੇ ਨੂੰ ਨੌਕਰੀ ਮਿਲੀ, ਹਾਂਜੀ ਬਹੁਤ ਬਹੁਤ ਵਧਾਈਆਂ ਇਹਨਾਂ ਨੂੰ, ਇਹਨਾਂ ਦੇ ਪਰਿਵਾਰ ਨੂੰ, ਠੀਕ ਹੈ ਜੀ। ਸੰਗਤ ਨੂੰ, ਕਿਉਂਕਿ ਆਪਾਂ ਸਾਰਾ ਇੱਕ ਪਰਿਵਾਰ ਹੈ, ਹਜੇ ਬਸ ਥੋੜ੍ਹਾ ਜਿਹਾ ਲੈਵਲ ਆ, ਜਦੋਂ ਉੱਪਰ ਉੱਠ ਗਿਆ ਫਿਰ ਭੇਤ ਖੁੱਲ ਜਾਏਗਾ ਵੀ ਸਾਰਾ ਕੁਛ ਇੱਕੋ ਹੀ ਹੈ। ਅਜੇ ਥੋੜ੍ਹੇ ਜਿਹੇ ਬੰਧਨਾਂ 'ਚ ਹੌਲੀ ਹੌਲੀ ਸਹਿਜ ਮਾਰਗ ਹੈ ਨਾ, ਸਹਿਜ ਸਹਿਜ ਨਾਲ। ਲੇਕਿਨ ਹੁਣ ਜਿਹੜਾ ਗੁਰਮੁਖ ਹੈ ਉਹ ਇਹ ਸਮਝਾਉਂਦਾ ਵੀ ਬਚ ਕੇ ਰਹਿਣਾ ਧੋਖਾ ਹੈ, ਨੌਕਰੀ ਨਹੀਂ ਮਿਲੀ ਧੋਖਾ ਹੋ ਗਿਆ। ਤਾਂ ਮਹਾਰਾਜ ਕਹਿੰਦੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਜਿੰਨਾ ਚਿਰ ਨਾਮ ਨਹੀਂ ਮਿਲਦਾ ਉਹਨਾਂ ਚਿਰ ਧੋਖਾ ਹੈ। ਜਿਸ ਦਿਨ ਸਾਨੂੰ ਨਾਮ ਮਿਲ ਗਿਆ ਫਿਰ ਅਸੀਂ ਖੇਤੀ ਕਰਦੇ ਹਾਂ, ਨੌਕਰੀ ਕਰਦੇ, ਬਿਜ਼ਨਸ ਕਰਦੇ, ਦੇਸ਼ ਵਿਦੇਸ਼ ਵਿੱਚ ਹੈ, ਫਿਰ ਸਾਡਾ ਸਭ ਕੁਛ ਪ੍ਰਵਾਨ ਆ, ਉਸ ਦਿਨ ਸੰਤ ਬਣ ਜਾਂਗੇ। ਜਿਸ ਨੂੰ ਮਰ ਕਹਿੰਦੇ ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਤਨ ਹਰ ਨਾਮਾ, ਪ੍ਰਵਾਨ ਗਣੀ ਸਹੀ ਜਨ ਆਏ ਸਫਤ ਨਾ ਕੇ ਕਮਾ। ਫਿਰ ਉਹਨਾਂ ਦੀ ਇੱਛਾ ਤੇ ਹੋ ਜਾਂਦਾ ਹੈ ਵੀ ਉਹਨਾਂ ਨੇ ਸੰਸਾਰ ਦਾ ਕਰਮ ਕਰਨਾ ਜਾਂ ਨਹੀਂ, ਜਾਂ ਸਿਰਫ ਇਸ ਧਰਮ ਦੀ ਪੀੜ੍ਹੀ ਨੂੰ ਅੱਗੇ ਲੈ ਕੇ ਚੱਲਣ। ਮਾਲਕ ਨੂੰ ਤੇ ਛੱਡ ਦਿੰਦਾ ਵੀ ਤੁਹਾਡੀ ਇੱਛਾ ਹੈ। ਇਸ ਕਰਕੇ ਗੁਰੂ ਪਿਆਰੇ ਹੋ, ਜਿੰਨਾ ਕਿਸੇ ਨੂੰ ਭੇਤ ਹੈ ਉਹਨੇ ਖੋਲ ਸਕਦਾ ਹੈ। ਚਲੋ ਹੁਣ ਮੈਂ ਨਾਂ ਨਹੀਂ ਲੈਂਦਾ ਕਿਉਂਕਿ ਲਾਈਵ ਚੱਲ ਰਿਹਾ। ਇੱਥੇ ਆਪਣੀ ਸੰਗਤ 'ਚ ਗੁਰਮੁਖ ਆਉਂਦੇ ਸੀ, ਬੜੇ ਅਮੀਰ ਸੀਗੇ ਉਹ। ਉਹਨਾਂ ਨੇ ਕਿਹਾ ਸੀ ਜੀ ਮੈਂ ਇੱਕ ਪਲਾਟ ਦੇਣਾ, ਗੁਰੂ ਘਰ ਨੂੰ ਵਚਨ ਕੀਤਾ, ਫਿਰ ਮੁੱਕਰ ਗਏ। ਉਹ ਕੰਪਨੀ ਜੁਆਇਨ ਕੀਤੀ ਉਹਨਾਂ ਨੇ, ਅਮੀਰ ਬਹੁਤ ਨੇ, ਅਰਬਾਂਪਤੀ ਨੇ ਸੰਸਾਰ ਦੇ ਧਨ 'ਚ। ਤੇ ਮੈਨੂੰ ਕਹਿੰਦੇ ਵੀ ਲਖਵੀਰ ਸਿੰਘ ਤੂੰ ਆ ਕੰਪਨੀ ਜੁਆਇਨ ਕਰ ਲਾ, ਤੈਨੂੰ ਲੱਖ ਰੁਪਈਆ ਘਰੇ ਬੈਠੇ ਨੂੰ ਆਇਆ ਜਾਏਗਾ। ਇਹ ਸਮਾਨ ਕੰਪਨੀ ਦਾ ਵਿਕਦਾ, ਬੜਾ ਵਧੀਆ, ਚਾਹ ਪੱਤੀ ਬੜੀ ਵਧੀਆ, ਤੇ ਸਾਰੀ ਸੰਗਤ ਲਏਗੀ ਤੁਹਾਡੇ ਕਹਿਣ ਤੇ ਤੁਸੀਂ ਇਹ ਲੈ ਲਓ। ਮੈਂ ਕਿਹਾ ਨਹੀਂ ਮੈਂ ਨਹੀਂ ਇਹ ਕਰ ਸਕਦਾ ਜੀ। ਉਹ ਕਹਿੰਦੇ ਵੀ ਤੁਸੀਂ ਆ ਤੁਹਾਡਾ ਚੇਲਾ ਹੈ ਸ਼ਾਮ ਸਿੰਘ, ਇਹਦੇ ਨਾਂ ਤੇ ਲੈ ਲਓ, ਤੁਹਾਡਾ ਨਾਂ ਥੋੜਾ ਆਏਗਾ, ਉੱਥੇ ਤੁਹਾਡਾ ਹੀ ਨਹੀਂ ਨਾਂ ਆਉਣਾ ਚਾਹੀਦਾ, ਤੇ ਪੈਸੇ ਤਾਂ ਤੁਹਾਨੂੰ ਆਈ ਜਾਣ। ਮੈਂ ਕਿਹਾ ਜੀ ਮੇਰੀ ਇੱਕ ਬੇਨਤੀ ਹੈ, ਫਿਰ ਮੈਂ ਹੁਣ ਇਹਨੂੰ ਸਮਝਾਉਣਾ ਹੀ ਪੈਣਾ ਵੀ ਬਾਈ ਗੱਲ ਸੰਗਤ ਛੱਡ ਜਾਣਗੇ ਹੋਰ ਕੀ ਹੋਏਗਾ। ਮੈਂ ਕਿਹਾ ਜੀ ਮੈਂ ਵੀ ਇਸ ਦੌੜ ਵਿੱਚ ਸੀ ਵੀ ਮੈਂ ਹੌਲਦਾਰ ਹੁਣ ਮੁਨਸ਼ੀ ਲੱਗਣਾ, ਫਿਰ ਥਾਣੇਦਾਰ ਵਰਗ ਕੇ ਚੌਕੀ ਇੰਚਾਰਜ ਲੱਗਣਾ, ਫਿਰ SHO ਲੱਗਣਾ ਤੇ ਧਨ ਇਕੱਠਾ ਕਰਨਾ। ਮੈਂ ਵੀ ਇਸੇ ਦੌੜ ਵਿੱਚ ਸੀ, ਲੇਕਿਨ ਉਸ ਮਾਲਕ ਨੇ ਕਿਰਪਾ ਕੀਤੀ, ਮੈਨੂੰ ਗੁਰਮੁਖਾਂ ਦਾ, ਭਾਈ ਸੇਵਾ ਸਿੰਘ ਦਾ ਸੰਗ ਕਰਾ ਲਾ। ਮਹਾਰਾਜ ਕੀ ਕਹਿੰਦੇ? ਕਹਿੰਦੇ ਗਿਆਨ ਅੰਜਨ ਗੁਰਦਿਆ
ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ, ਮੈਂ ਕਿਹਾ ਮੇਰੇ ਤੇ ਪਰਮਾਤਮਾ ਖੁਸ਼ ਹੋਇਆ, ਹਰ ਕਿਰਪਾ ਤੇ ਸੰਤ ਬੈਠਿਆ ਨਾਨਕ ਨਾਮ ਪ੍ਰਗਾਸ। ਮੈਂ ਕਿਹਾ ਵੀ ਉਹਨਾਂ ਨੇ ਮੈਨੂੰ ਖੇਲ ਸਮਝਾਤਾ ਹੈ, ਤੇ ਮੈਂ ਤਾਂ ਥਾਣੇਦਾਰ ਸੀ ਤੇ ਜਾਣ ਲੱਗਿਆ। ਉਹਨਾਂ ਮੈਨੂੰ ਕਹਿਤਾ ਪੁੱਤ ਮੇਰਾ ਸਮਾਂ ਆ ਗਿਆ, ਮੈਂ ਜਾਣਾ ਹੈ, ਤੇ ਤੂੰ ਨੌਕਰੀ ਛੱਡ ਦੇ ਤੇ ਆਪਦੇ ਸੰਗੀ ਸਾਥੀਆਂ ਨੂੰ ਇਕੱਠਾ ਕਰ, ਉਹਨਾਂ ਦੇ ਬੈਠਣ ਦੀ ਵਿਵਸਥਾ ਬਣਾ ਤੇ ਉਹਨਾਂ ਨੂੰ ਨਾਮ ਜਪਾ, ਇਸ ਭਾਵ ਸਾਗਰ ਤੋਂ ਉਤਾਰ ਲਾ, ਤੈਨੂੰ ਮਾਲਕ ਨੇ ਇਸ ਕਾਬਲ ਬਣਾ ਦਿੱਤਾ ਤੇ ਇਸ ਖਜ਼ਾਨੇ ਨੂੰ ਅੱਗੇ ਵੰਡ। ਤੇ ਮੈਂ ਕਿਹਾ ਜੇ ਕੰਪਨੀ ਮੈਂ ਜੁਆਇਨ ਕਰਨੀ ਸੀ ਫਿਰ ਮੈਂ ਥਾਣੇਦਾਰ ਹੀ ਅੱਛਾ ਸੀ। ਮੈਂ ਕਿਹਾ ਹੁਣ ਮੈਂ ਕੰਪਨੀ ਦਾ ਜੁਆਇਨ ਕਰ ਲਈ, ਪਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੰਪਨੀ, ਕਲਗੀ ਵਾਲੇ ਦੀ ਕੰਪਨੀ ਜੁਆਇਨ ਕਰ ਲਈ, ਹੁਣ ਤਾਂ ਅਸੀਂ ਇਹ ਬਿਜ਼ਨਸ ਕਰਾਂਗੇ। ਕਿਉਂਕਿ ਮੇਰੇ ਟੀਚਰ ਨੇ ਸਮਝਾ ਤਾ ਵੀ ਇਹ ਵਪਾਰ ਵਿਰਲਾ ਵਪਾਰ ਹੈ, ਨਾਨਕ ਤਾਂ ਕਿ ਸਤਿ ਬਲਿਆਰੇ। ਇਸ ਕਰਕੇ ਗੁਰਮੁਖ ਪਿਆਰਿਓ, ਆਪ ਜੀ ਦੇ ਚਰਨਾਂ ਚ ਬੇਨਤੀ ਹੈ, ਜਿੰਨਾ ਚਿਰ ਸਾਡੇ ਕੋਲ ਨਾਮ ਨਹੀਂ ਉਹਨਾਂ ਚਿਰ ਸਾਡਾ ਮਨ ਥਿਰ ਨਹੀਂ ਹੋ ਸਕਦਾ, ਡੋਲਦਾ ਹੈ। ਤੇ ਨਾਮ ਇੱਕ ਐਸਾ ਖਜ਼ਾਨਾ, ਉਹ ਤ੍ਰਿਸ਼ਨਾ ਨੂੰ ਲੱਗ ਹੀ ਨਹੀਂ ਹੋਣ ਦਿੰਦਾ। ਤਾਂ ਕਰਕੇ ਮਹਾਰਾਜ ਕਹਿੰਦੇ ਵੀ ਹਰ ਹਰ ਨਿਤ ਜਪੋ ਜੀਓ ਲਾਹਾ ਖੱਟੋ ਦਿਹਾੜੀ। ਜਿਵੇਂ ਡਾਕਟਰ ਸਾਹਿਬ ਗਏ ਨੇ ਕੱਲ ਕਿ ਪਰਸੋਂ, ਉੱਥੇ ਮਿਲਣ ਗਏ ਸੀ ਮਾਛੀਆੜੇ, ਅਮੈਰੀਕਾ ਤੋਂ ਆਏ ਸੀ, ਤੇ ਉਹ ਉੱਥੇ ਲੈਂਟਰ ਪੈਂਦਾ ਦੇਖ ਕੇ, ਤੇ ਖਰਚਾ 1 ਕਰੋੜ ਦੇ ਕਰੀਬ ਹੈ। ਉਹ ਵਿਚਾਰੇ ਉੱਥੇ ਬੁਲਾਉਂਦੇ ਨੇ ਵਾਰੀ ਵਾਰੀ, ਆਪਾਂ ਨੂੰ ਤੁਸੀਂ ਭਾਈ ਸਾਹਿਬ ਆਓ, ਖਰਚਾ ਵੀ ਉਹਨਾਂ ਕਰਨਾ ਸਾਰਾ ਕੁਛ। ਮੈਂ ਕਿਹਾ ਵੀ ਆਪਣੀ ਇੱਛਾ ਨਹੀਂ ਕੋਈ ਕਿਤੇ ਜਾਣ ਦੀ, ਜਾਣਾ ਕਿੱਥੇ ਹੁਣ, ਜਿਹੜੇ ਘਰ ਨੂੰ ਲੱਭਦੇ ਸੀ ਉਹ ਲੱਭ ਗਿਆ, ਜਿਹੜੇ ਦੇਸ਼ ਨੂੰ ਲੱਭਦੇ ਸੀ ਉਹ ਲੱਭ ਗਿਆ, ਜਿਹੜੇ ਪਿਓ ਨੂੰ ਲੱਭਦੇ ਸੀ ਉਹ ਲੱਭ ਗਿਆ, ਕਿੱਥੇ ਜਾਣਾ। ਤੇ ਇਹ ਨਾ ਮੇਰਾ ਕਾਰਜ ਨਹੀਂ ਹੈਗਾ, ਨਾ ਮੈਂ ਕਰਦਾ ਇਹ ਤਾਂ ਉਹਦਾ ਕਾਰਜ ਉਹ ਆਪ ਕਰ ਰਿਹਾ। ਉਹਨੇ ਆਪਦੇ ਬੱਚਿਆਂ ਨੂੰ ਇਕੱਠੇ ਕਰਕੇ ਇੱਥੇ ਨਾਮ ਜਪਾਉਣਾ। ਇਸ ਕਰਕੇ ਗੁਰਮ ਪਿਆਰੇ, ਤੁਸੀਂ ਦੇਖੋ ਵੀ 2021 ਤਾਂ ਤੁਸੀਂ ਛੱਡ ਪਾਇਆ, ਤੇ ਹੁਣ ਉੱਥੇ ਲੈਂਟਰ ਪਾਉਣ ਲੱਗ ਪਏ ਹੋ, ਇਹ ਉਹਦੀ ਕਲਾ ਹੈ, ਉਹਦੀ ਕਿਰਪਾ। ਛੱਡ ਵੀ ਅਜੇ ਬਹੁਤ ਨਵਾਂ ਪਿਆ, ਲੇਕਿਨ ਇਹ ਗੁਰਮੁਖ ਉਦਣ ਗਏ ਰਵਿੰਦਰ ਸਿੰਘ ਜੀ, ਇਹ ਕਿਸੇ ਭੋਗ ਤੇ ਗਏ ਝਾੜੀ ਵਾਲੇ, ਕਹਿੰਦੇ ਉੱਥੇ ਏਡੇ ਏਡੇ ਗੜੇ ਪਏ ਸ਼ੈੱਡ ਦੇ ਵਿੱਚ ਮੂਹਰੇ ਕਰਦੇ, ਠੀਕ ਹੈ। ਹੁਣ ਪਹਿਲਾਂ ਤਾਂ ਸਾਰੇ ਹੀ ਕਹਿੰਦੇ ਸੀ ਭਾਈ ਸਾਹਿਬ ਕੌਲ ਮਾਰੀ ਜਾਂਦੇ, ਨਵਾਂ ਸ਼ੈੱਡ ਆ ਤੇ ਹੁਣ ਲੈਂਟਰ ਪਾਈ ਜਾਂਦੇ, ਜਾਣਦਾ ਸਭ ਕੁਛ, ਮੈਨੂੰ ਥੋੜਾ ਜਿਹਾ ਹੋਰ ਹੌਸਲਾ ਹੋ ਗਿਆ ਵੀ ਠੀਕ ਚੱਲ ਰਿਹਾ ਆਪਾਂ। ਇਸ ਕਰਕੇ ਗੁਰਮ ਪਿਆਰਿਓ, ਆਪ ਜੀ ਦੇ ਚਰਨਾਂ ਚ ਬੇਨਤੀ ਹੈ। ਮਹਾਰਾਜ ਕਹਿੰਦੇ ਵੀ ਦਸਵੇਂ ਪਾਤਸ਼ਾਹ ਬਣ ਗਿਆ, ਕਹਿੰਦੇ ਉਹਦੇ ਸਿਰ ਤੇ ਖੜਾ ਮੈਂ, ਮਗਰ ਜਿਵੇਂ ਜਿਵੇਂ ਜੋ ਤ੍ਰਿਸ਼ਨਾ ਖਤਮ ਹੋ ਗਈ ਨਾਮ ਦੇ ਰਾਹੀਂ, ਤੇ ਨਾਮ ਬੜੀ ਇੱਕ ਵੱਡੀ ਸ਼ਕਤੀ ਹੈ ਜੇਕਰ ਅਸੀਂ ਉਹਨੂੰ ਮੰਨੀਏ। ਮਹਾਰਾਜ ਕਹਿੰਦੇ ਨਾਮ ਮੰਨੀਏ ਸਭ ਸਿੱਧ ਹੈ, ਰਿੱਧ ਪਿੱਛੇ ਆਵੇ। ਇਸ ਕਰਕੇ ਮਹਾਰਾਜ ਕਹਿੰਦੇ ਹਰ ਹਾਰ ਕੰਠ ਜਿਨ ਪਹਿਨਿਆ, ਗੁਰ ਚਰਨੀ ਚਿਤ ਲਾਏ, ਰਿੱਧ ਸਿੱਧ ਉਹਨਾਂ ਪਿੱਛੇ ਫਿਰੇ ਉਹਨਾਂ ਤਿਲਨਾ ਤਮਾਏ। ਤੇ ਹੁਣ ਮੈਂ ਬੱਚੇ ਨੂੰ ਕਹਿ ਸਕਦਾ, ਪਰਿਵਾਰ ਨੂੰ ਕਹਿ ਸਕਦਾ ਵੀ ਪਹਿਲੀ ਤਨਖਾਹ ਗੁਰਦੁਆਰੇ ਦੇ ਦਿਓ ਜੀ, ਦੇ ਦੇਣਗੇ ਵਿਚਾਰੇ, ਠੀਕ ਹੈ, ਵੀ ਕੋਈ ਵਿਘਨ ਨਹੀਂ ਆਏਗਾ, ਡਰਾ ਵੀ ਸਕਦਾ, ਹਾਂਜੀ ਇਹਨੇ ਦੇ ਦੇਣੀ ਵਿਚਾਰਿਆਂ ਨੇ। ਪਰ ਲੇਕਿਨ ਮੈਂ ਸਾਰਿਆਂ ਨੂੰ ਇਹ ਸਮਝਾਉਣਾ ਵੀ ਇਹ ਜਿਹੜਾ ਪੈਸਾ ਜਦੋਂ ਅਸੀਂ ਕਮਾਉਣ ਲੱਗ ਪਏ ਨੇ ਨਾ, ਸਾਡੇ ਚ ਮੈਂ ਆਉਣੀ ਸ਼ੁਰੂ ਹੋ ਜਾਂਦੀ ਹੈ। ਹੁਣ ਆਪਣੇ ਪਹਿਲਾਂ ਵੀ ਬੱਚੇ ਲੱਗੇ ਨੇ, ਜਦੋਂ ਉਹਨਾਂ ਨੂੰ ਨੌਕਰੀ ਮਿਲੀ ਤੇ ਉਹ
ਦਿਮਾਗ ਖਰਾਬ ਹੋਣਾ ਸ਼ੁਰੂ ਹੋ ਗਿਆ। ਇੱਥੋਂ ਤੱਕ ਆਪਣੇ ਪ੍ਰਧਾਨ ਸਾਹਿਬ ਤੇ ਵੀ ਅਸਰ ਹੋ ਗਿਆ, ਪਰਮਜੀਤ ਤੇ ਵੀ। ਉਹ ਪਤਾ ਕੀ ਕਰਿਆ ਜੀ, ਅੱਗੇ ਤਾਂ ਮੈਨੂੰ ਲਿਆ ਕੇ ਦਸਵੰਧ ਦਿੰਦੀ, ਫਿਰ ਉਹਨੇ ਪੈਸੇ ਦਸਵੰਧ ਲੈ ਲੈਣਾ ਤੇ ਆਹ ਮੈਂ ਆਹ ਚੀਜ਼ ਬਣਾਉਣੀ। ਉਹਨੇ ਕਿਹਾ ਮੈਂ ਭਾਈ ਸਾਹਿਬ ਨੂੰ ਫੜਾਉਣੇ, ਮੈਂ ਆਪ ਚੀਜ਼ ਬਣਾਉਣੀ। ਆਪਾਂ ਹੱਸਣਾ ਵੀ, ਦੇਖੋ ਮਾਇਆ ਕੈਸਾ ਖੇਲ ਖਿਲਾਉਂਦੀ। ਸਭ ਕੁਛ ਜਿੱਥੋਂ ਮਿਲਿਆ, ਸਭ ਕੁਛ ਜਿੱਥੋਂ ਪਾਇਆ, ਮਤ ਇੰਨੀ ਮਾਰ ਦਿੰਦਾ, ਬੰਦੇ ਦੀ ਇੰਨੀ ਅਕਲ ਨਹੀਂ ਰਹਿਣ ਦਿੰਦਾ। ਹਜੇ ਪਰਮਾਤਮਾ ਨੂੰ ਤਾਂ ਆਪਾਂ ਦੇਖਿਆ ਹੀ ਨਹੀਂ, ਉਹਦੇ ਕੋਲ ਤਾਂ ਗਏ ਨਹੀਂ, ਹਜੇ ਤਾਂ ਸੰਤਾਂ ਸਾਧੂਆਂ ਤੱਕ ਹੀ ਫਿਰਦੇ ਹਾਂ। ਸਮਝ ਗਏ ਨਾ ਜੀ, ਉਹ ਤਾਂ ਬੜੀ ਵੱਡੀ ਗੱਲ ਹੈ, ਬੜਾ ਵੱਡਾ ਖਜ਼ਾਨਾ ਹੈ। ਆਪਣੇ ਗੁਰਪ੍ਰੀਤ ਸੀ, ਬੱਚੀ ਸੀ ਆਪਣੀ, ਤੇ ਉਹ ਕਾਹਦਾ ਵਿਆਹ ਹੋ ਗਿਆ, ਮੁੰਡਾ ਮਿਲ ਗਿਆ, ਨੌਕਰੀ ਵਾਲਾ, ਦਿਮਾਗ ਖਰਾਬ ਹੋ ਗਿਆ, ਉਹ ਸੰਗਤ ਚ ਨਹੀਂ ਆਈ। ਦੇਖੋ ਇਹ ਕੀ ਹੈ, ਇਹ ਤਾਂ ਕੁਛ ਵੀ ਨਹੀਂ, ਇੱਕ ਸਵਾਸ ਵੀ ਨਹੀਂ ਆਉਂਦਾ ਅੱਜ ਬਦਲੇ। ਕੀ ਕਿੱਧਰ ਭੱਜ ਜਾਂਦੇ ਅਸੀਂ ਮਾੜੀ ਜਿਹੀ ਗੱਲ ਤੇ। ਜਿਹੜਾ ਪਿਓ ਹੁੰਦਾ ਉਹਦੀ ਸੋਚ ਬੜੀ ਲੰਬੀ ਹੁੰਦੀ, ਟੀਚਰ ਦੀ ਸੋਚ ਬੜੀ ਲੰਬੀ ਹੁੰਦੀ, ਇਹ ਤਾਂ ਕੁਛ ਵੀ ਨਹੀਂ, ਤਾਂ ਫਿਰ ਜਨਮ ਮਰਨ ਚ ਲੈ ਆਉਣਗੇ। ਉਹਨੂੰ ਇਹ ਹੁੰਦਾ ਮੈਂ ਇਹਨਾਂ ਨੂੰ ਖਜ਼ਾਨਾ ਦਵਾਵਾਂ। ਇਹਨਾਂ ਦੀ ਉਦਾਹਰਣ ਮੈਂ ਤਾਂ ਦੇ ਰਿਹਾ ਵੀ ਇਹ ਮੇਰੇ ਬਾਰੇ ਜਾਣਦੇ ਨੇ, ਮੈਂ ਇਹਨਾਂ ਬਾਰੇ ਜਾਣਦਾ, ਮੈਨੂੰ ਝਿੜਕਦੇ ਆ, ਚੰਗਾ ਬੋਲਦੇ ਆ, ਮਾੜਾ ਬੋਲਦੇ ਆ, ਇਹ ਸਹਿਣ ਕਰਦੇ ਨੇ, ਹੋਰ ਵੀ ਗੁਰਮੁਖ ਕਈ ਨੇ ਸੰਗਤ ਚ। ਇਸ ਕਰਕੇ ਗੁਰੂ ਪਿਆਰੇ ਹੋ, ਆਪਣੇ ਮਨ ਨੂੰ ਤਾਂ ਉਦਣ ਖੁਸ਼ੀ ਹੁੰਦੀ ਜਿੱਦਣ ਤੁਸੀਂ ਨਾਮ ਨਾਲ ਜੁੜੋਗੇ, ਸੱਚ ਨਾਲ ਜੁੜੋਗੇ। ਇਹ ਤਾਂ ਇੱਕ ਖੇਲ ਹੈ ਬਸ, ਇਸ ਤੋਂ ਉੱਪਰ ਨਹੀਂ ਕੋਈ। ਧਨ ਜੋਬਰ ਔਰ ਫੁੱਲੜਾ ਨਾਠੀ ਅੜੇ ਦਿਨ ਚਾਰ, ਬਸ ਚਾਰ ਦਿਨਾਂ ਦੀ ਖੇਡ ਆ। ਇਸ ਕਰਕੇ ਸਮਾਂ ਸਾਡਾ ਹੱਥੋਂ ਨਿਕਲਦਾ ਜਾਂਦਾ ਹੈ। ਤਾਂ ਕਰਕੇ ਗੁਰੂ ਪਿਆਰੇ ਹੋ, ਤੁਹਾਡੇ ਚਰਨਾਂ ਚ ਬੇਨਤੀ ਹੈ, ਸੁਹਾਗਣ ਦਾ ਵਿਚਰਨਾ ਕੁਛ ਹੋਰ ਹੈ, ਦੁਆਗਣ ਦਾ ਵਿਚਰਨਾ ਕੁਛ ਹੋਰ ਹੈ। ਤੇ ਕਿਉਂ ਨਾ ਸੁਹਾਗਣ ਬਣ ਕੇ ਵਿਚਰੀਏ, ਕਿਉਂ ਕਿਸੇ ਤੋਂ ਉਂਗਲ ਕਰਾਉਣੀ। ਤੇ ਮਹਾਰਾਜ ਕਹਿੰਦੇ ਜੇ ਨਾਮ ਨੀ ਕੋਲੇ ਤੇ ਸਾਡਾ ਮਨ ਕੀ ਹੈ ਜੀ, ਕਮਲਾ ਬਿਨ ਨਾਵੇਂ ਜੱਗ। ਤੇ ਕਮਲਾ ਕਹਿੰਦਾ ਮੈਂ ਨੌਕਰੀ ਲੱਗ ਗਿਆ, ਕਮਲਾ ਕਹਿੰਦਾ ਮੈਂ ਲਾਟਰੀ ਨਿਕਲਾਈ, ਕਮਲਾ ਕਹਿੰਦਾ ਮੈਂ 50 ਕਿੱਲੇ ਜ਼ਮੀਨ ਬਣਾ ਲਈ, ਕਮਲਾ ਕਹਿੰਦਾ ਮੈਂ ਲੀਡਰ ਬਣ ਗਿਆ। ਦੱਸੋ ਕੀ ਕਰਦਾ ਪਿਆ ਉਹ, ਹੁਣ ਗੁਰੂ ਸੱਚਾ ਕਿ ਆਪਾਂ ਜੀ, ਦੱਸੋ ਗੁਰੂ ਸੱਚਾ ਕਿ ਆਪਾਂ ਕੀ ਕਰ ਰਹੇ ਅਸੀਂ। ਜੋ ਵੀ ਸਾਡੇ ਕੋਲੇ ਸਿਸਟਮ, ਸਾਡੀ ਕੋਠੀ, ਕਾਰ, ਧੀਆਂ, ਪੁੱਤਰ, ਜ਼ਮੀਨ, ਜਾਇਦਾਦ, ਸਭ ਝੂਠ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਇਹ ਕਿਸੇ ਨੇ ਦੱਸਣਾ, ਸਿਰਫ ਗੁਰੂ ਨੇ ਦੱਸਣਾ। ਕਿਉਂਕਿ ਦੂਜੇ ਅੰਦਰ ਤਾਂ ਤ੍ਰਿਸ਼ਨਾ, ਜਿਵੇਂ ਹੁਣ ਤੁਸੀਂ ਮੈਨੂੰ ਕਹਿੰਦੇ ਸੀ ਭਾਈ ਸਾਹਿਬ ਤੁਸੀਂ ਇਕੱਲੇ ਬੋਲਦੇ ਹੋ, ਵੀ ਬਾਹਰ ਨਾ ਬੱਚੇ ਪਕੱਲੋ, ਤੁਸੀਂ ਦੇਖ ਲਓ ਮੈਂ ਜੇ ਗਲਤ ਬੋਲਦਾ ਸੀ ਤੁਹਾਨੂੰ ਦੱਸ ਦਿਓ, ਹਜੇ ਅੱਗੇ ਨੀ ਪਤਾ ਲਾਤ ਕੇ ਜੇ ਹੋ ਜਾਣੇ, ਮਾਲਕ ਜਾਣੇ। ਤਾਂ ਕਰਕੇ ਮੈਂ ਕਹਿੰਦਾ ਜਿਹਨਾਂ ਦੇ ਬੱਚੇ ਬਾਹਰ ਨੇ ਨਾ, ਉਹਨਾਂ ਨੂੰ ਭਗਤੀ ਤੇ ਲਾ ਦਿਓ, ਉਹਨਾਂ ਨੂੰ ਕੋਈ ਬੁੱਧ ਦਸਵੰਧ ਕੱਢੋ, ਚਾਹੇ ਉੱਥੇ ਗੁਰੂ ਘਰ ਦਿਓ ਜਾਂ ਜਿੱਥੇ ਤੁਹਾਡਾ ਜੀ ਕਰਦਾ ਉੱਥੇ ਭੇਜੋ। ਸਮਝ ਗਏ, ਕਰੋਗੇ ਗੁਰੂ ਫਿਰ ਕਰਮ ਬਣਨਗੇ, ਫਿਰ ਸੰਗਤ ਮਿਲੇਗੀ, ਨਹੀਂ ਤਾਂ ਕੀ ਧੰਦਾ ਪਿੰਡ ਕੇ ਤੁਰ ਜਾਵਾਂਗੇ। ਜੇ ਹੁਣ ਮੰਨ ਲਓ ਮੈਂ ਜੀ, ਜਿੰਨਾ ਮਰਜ਼ੀ ਧੰਨ ਇਕੱਠਾ ਕਰ ਲਾ, ਛੱਡ ਕੇ ਜਾਊਂਗਾ, ਪੰਡ ਲੱਭਣ ਕੇ ਲੈ ਜਾਊਗਾ ਨਾਲ, ਆ ਗੁਰਦੁਆਰਾ ਮੈਂ ਚੱਕ ਕੇ ਲੈ ਜਾਊ, ਮਾਛੀ ਵਾਲਾ ਚੱਕ ਕੇ ਲੈ ਜਾਊ। ਦੱਸੋ ਜੇ ਮੇਰੇ ਪੱਲੇ ਨਾਮ ਹੈ, ਸੱਚ ਹੈ, ਤੇ ਫਿਰ ਅਸਲੀ ਗਲਤਾਂ। ਇਸ ਕਰਕੇ ਗੁਰੂ ਪਿਆਰੇ ਹੋ, ਮਹਾਰਾਜ ਕਹਿੰਦੇ ਆ ਵੀ ਮਨ ਮੂਰਖ ਕਾਹੇ ਬਿਲਾਈਏ, ਪੂਰਬ ਲਿਖੇ ਕਾ ਲਿਖ ਪਾਈਏ। ਕਿਉਂਕਿ ਗੁਰਮੁਖ ਨੂੰ ਪਤਾ ਹੁੰਦਾ ਵੀ ਇਹਨਾਂ ਜੀਵਾਂ ਨਾਲ ਮੇਰਾ ਕੀ ਸੰਯੋਗ ਹੈ, ਕਿਹੜੇ ਜਨਮ ਦੇ ਮੇਰੇ ਸੰਯੋਗੀ ਇਕੱਠੇ ਹੋਏ ਨੇ। ਪਰ ਲੇਕਿਨ ਉਹ ਕੋਇਲ ਦੇ ਬੱਚਿਆਂ ਵਾਂਗੂ ਕਬਜ਼ਾ ਕਾਵਾਂ ਨੇ ਕਰ ਲਿਆ, ਉਹ ਫਿਰ ਛਡਾਉਣ ਵਾਸਤੇ ਸਮਾਂ ਤਾਂ ਲੱਗਦਾ ਹੀ ਹੈ। ਠੀਕ ਹੈ ਜੀ, ਇਸ ਕਰਕੇ ਗੁਰੂ ਪਿਆਰੇ ਹੋ, ਆਪਦੇ ਬੱਚਿਆਂ ਨੂੰ ਸੀਸਾਂ ਦਿਓ, ਤੁਹਾਡੇ ਚਰਨਾਂ ਚ ਬੇਨਤੀ ਹੈ, ਸਮਾਂ ਬਹੁਤ ਭਿਆਨਕ ਆ ਰਿਹਾ। ਪੂਤਾ ਮਾਤਾ ਕੀ ਅਸੀਸ,
ਨਿਮ ਖੜਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ। ਤੁਸੀਂ ਮਾਂ ਦੀ ਅਰਦਾਸ ਤੇ ਪਿਤਾ ਦੀ ਅਰਦਾਸ ਚ ਇੰਨੀ ਸ਼ਕਤੀ ਹੈ ਨਾ, ਤੁਸੀਂ ਮਨੋ ਕਰੋ ਅਰਦਾਸ ਵੀ ਮਹਾਰਾਜ ਇਹਨੂੰ ਨਾਮ ਨਾਲ ਜੋੜ, ਇਹਨੂੰ ਸੰਗਤ ਨਾਲ ਜੋੜ, ਮਨੋ ਕਰਿਓ, ਕਿਉਂਕਿ ਅੰਤਰਜਾਮੀ ਹੈ। ਜੇ ਤੁਹਾਡੇ ਮਨ ਚ ਇਹ ਆ ਗਿਆ ਵੀ ਇਹ ਡਾਲਰ ਕਮਾਉਣ ਤੇ ਲੱਗਿਆ, ਪਹਿਲਾਂ ਇਹਦਾ ਘਰ ਬਣ ਜੇ, ਇਹਨੂੰ ਨੌਕਰੀ ਮਿਲ ਜੇ, ਆਹ ਹੋ ਜੇ, ਉਹ ਹੋ ਜੇ, ਫਿਰ ਨੀ ਉਹ ਸੁਣਦਾ। ਮਹਾਰਾਜ ਕਹਿੰਦੇ ਹਰ ਅੰਤਰਜਾਮੀ ਸਭ ਵਿਦ ਜਾਣੇ ਕਿਸ ਪੇ ਆਖ ਸੁਣਾਈਏ। ਜੇਕਰ ਮਾਂ ਬਾਪ ਨੂੰ ਸਮਝ ਆ ਜੇ, ਦਿਲੋਂ ਅਰਦਾਸ ਕਰੇ ਮਹਾਰਾਜ ਸਾਡੇ ਬੱਚੇ ਨੂੰ ਜੋੜੋ, ਅਸੀਂ ਭੁੱਲ ਗਏ, ਅਸੀਂ ਸਿੱਖਿਆ ਕੀ ਦੇਣੀ ਸੀ, ਅਸੀਂ ਤਾਂ ਉਲਟ ਦੇ ਬੈਠੇ। ਬੱਚਾ ਤੁਹਾਡਾ ਸੀ, ਅਸੀਂ ਆਪਦਾ ਸਮਝ ਲਿਆ, ਤੇ ਅਸੀਂ ਸਮਝ ਲਿਆ ਉਹਨੂੰ ਕੰਮ ਕਰਨ ਵਾਲੀ ਮਸ਼ੀਨ, ਵੀ ਇਹ ਕਮਾਏਗਾ ਅਸੀਂ ਵੀ ਸੁੱਖ ਲਵਾਂਗੇ, ਅਸੀਂ ਦ੍ਰਿਸ਼ਟਮਾਨ ਧੰਨ ਦਾ ਲਾਲਚ ਕਰ ਲਿਆ। ਤੇ ਮਹਾਰਾਜ ਅੱਜ ਸਾਨੂੰ ਅਕਲ ਆਈ ਵੀ ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸਹੀ ਹੈ, ਜਲਮੇ ਜੰਤ ਉਪਾਇਣ ਤੇ ਨਾ ਵੀ ਰੋਜੀ ਦੇ। ਹੁਣ ਤੁਸੀਂ ਦੇਖੋ ਵੀ ਆ ਕਿੰਨੇ ਜਾਨਵਰ ਨੇ, ਸਾਰਿਆਂ ਨੂੰ ਮਾਲਕ ਦਿੰਦਾ। ਇਸ ਕਰਕੇ ਮਾਤ ਪਿਤਾ ਸੁੱਤ ਬਨੰਤਾ ਕੋਈ ਨਾ ਕਿਸਕੀ ਧਰਿਆ, ਸਿਰ ਸਿਰਜਕ ਸੰਭਾਹੇ ਠਾਕਰ ਕਾਹੇ ਮਨ ਭੁਕਰਿਆ। ਹੁਣ ਮਾਤਾ ਦੇ ਗਰਭ ਚ ਰਿਜਕ ਸੀ, ਉੱਥੇ ਕੀ ਕਰਦੇ ਸੀ ਅਸੀਂ, ਕਿਹੜੀ ਖੇਤੀ ਕਰਦੇ ਸੀ ਉੱਥੇ। ਇਸ ਕਰਕੇ ਨਾਮੋ ਭੁੱਲੀ ਜੇ ਫਿਰਾਂ, ਫਿਰ ਫਿਰ ਆਉਂ ਜਾਂ। ਇਹ ਤੁਹਾਨੂੰ ਤਾਂ ਬੇਨਤੀ ਕਰ ਰਹੇ ਵੀ ਅੱਜ ਪਹਿਲਾ ਦਿਨ ਆ, ਤੁਸੀਂ ਕਮਾਈ ਕਰਨ ਵਾਸਤੇ ਮਾਲਕ ਸਤਿਗੁਰ ਦੇ ਹੱਟ ਤੇ ਆਏ ਹੋ। ਤਾਂ ਕਰਕੇ ਮਹਾਰਾਜ ਕਹਿੰਦੇ ਜੇ ਕੋਠੀ ਵੱਡੀ ਪਾਲੀ ਤੇ ਫਿਰ ਕੀ ਹੋ ਗਿਆ। ਕਹਿੰਦੇ ਕੋਠੇ ਮੰਡਪ ਹੇਤ ਕਰ ਕਾਹੇ ਮਰੇ ਸਵਾਰ, ਕਾਰਜ ਸਾਡੇ ਤੀਨ ਹੱਥ ਘੜੀ ਤਪਾਉਣੇ। ਹੁਣ ਮੈਨੂੰ ਬੜਾ ਹਾਸਾ ਆਉਂਦਾ ਗੱਲਾਂ ਕਰਦੇ, ਸੰਗਤ ਜਾਣੇ ਕੋਠੀ ਪੈ ਗਈ, ਨੌਕਰੀਆਂ ਮਿਲ ਗਈਆਂ, ਜ਼ਮੀਨ ਬਣ ਗਈ, ਮੁੰਡਾ ਪ੍ਰਦੇਸ਼ ਚਲਾ ਗਿਆ, ਵਿਆਹ ਹੋ ਗਿਆ, ਬੜੇ ਵਧੀਆ। ਕਰ ਦੱਸੋ ਯਾਰ, ਇਹ ਖੇਡ, ਇਹ ਤਾਂ ਕਾਲ ਦਾ ਖੇਡ ਸਾਰਾ, ਇਹ ਥੋੜਾ ਸਤਿਗੁਰ ਤੋਂ ਮਿਲਦਾ। ਸਤਿਗੁਰ ਦੇ ਕੋਲ ਤਾਂ ਚਾਰ ਪਦਾਰਥ ਨੇ, ਨਾਮ ਹੈ। ਮਹਾਰਾਜ ਕਹਿੰਦੇ ਚਾਰ ਪਦਾਰਥ ਲੈ ਜਗ ਆਇਆ, ਸ਼ਿਵ ਸ਼ਕਤੀ ਘਰ ਵਾਸਾ ਪਾਇਆ, ਏਕ ਵਸਾਰੇ ਤਾਂ ਪਿੜ ਹਾਰੇ, ਅੰਧਲੇ ਨਾਮ ਵਸਾਹ। ਕਹਿੰਦੇ ਉਹਦੇ ਨਾਮ ਹੀ ਵਸਾਰਤਾ, ਤੇ ਜਦੋਂ ਨਾਮ ਵਸਾਰਤਾ ਤੇ ਇੱਥੇ ਬੰਦੀ ਖਾਨੇ ਚ ਕੈਦ ਕਰ ਲਿਆ। ਹੁਣ ਕਹਿੰਦੀ ਕੀ ਨੌਕਰੀ ਕਰੇਗਾ ਜੀ, ਹਾਂਜੀ, ਕਿਹੜਾ ਹਾਊਸ ਰੈਂਟ ਮਿਲੇਗਾ ਉਹਨੂੰ, ਕਿਹੜੀ ਪੈਨਸ਼ਨ ਲੱਗੇਗੀ ਉਹਦੀ। ਸਾਡੀ ਪੈਨਸ਼ਨ ਹੈ ਨਾਮ ਅੰਮ੍ਰਿਤ, ਉਹ ਨੀ ਮਿਲਦਾ ਇਸ ਬੰਦੀ ਖਾਨੇ ਚ। ਇਹ ਗਰਭ ਹੈ ਜਿਵੇਂ ਮਾਇਆ ਦਾ, ਮਾਤਾ ਦਾ ਗਰਭ ਸੀ। ਹੁਣ ਤੁਸੀਂ ਦੇਖੋ ਵੀ ਜਦੋਂ ਬੱਚਾ ਮਾਂ ਦੇ ਪੇਟ ਚ ਹੁੰਦਾ, 9-10 ਮਹੀਨੇ ਰਹਿੰਦਾ ਉੱਥੇ, ਅਸੀਂ ਨੀ ਕਹਿੰਦੇ ਵੀ ਨੌਕਰੀ ਕਿਉਂ ਨੀ ਕਰਦਾ, ਇੰਨੀ ਕਕਲ ਹੈਗੀ ਸਾਨੂੰ। ਤੇ ਗੁਰੂ ਸਾਹਿਬ ਕਹਿੰਦੇ ਵੀ ਨੌਕਰੀ ਕੀ ਕਰੇਗਾ, ਤਾਂ ਮਾਇਆ ਦੇ ਗਰਭ ਚ। ਜੈਸੀ ਅਗਨ ਉਧਰ ਮਾਹੇ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਇਹ ਤਾਂ ਵਿਚਾਰਾ ਦਸਾਂ ਦਿਸ਼ਾਵਾਂ ਨੂੰ ਭਜਦਾ ਇੱਥੋਂ। ਕਹਿੰਦੇ ਉਹ ਮਾਇਆ ਦਾ ਗਰਭ ਛੋਟਾ ਸੀ ਮਾਤਾ ਦਾ, ਇਹ ਮਾਇਆ ਦਾ ਗਰਭ ਵੱਡਾ, ਬੜਾ ਭੱਜਿਆ ਫਿਰਦਾ, ਚੱਲ ਪ੍ਰਦੇਸ਼। ਇਹਦੇ ਚ ਕੀ ਹੈ ਭਰਮ? ਮਹਾਰਾਜ ਨੇ ਫਿਰ ਕੀ ਕਿਹਾ ਵੀ ਪ੍ਰਦੇਸ਼ ਨੂੰ ਮਨ ਕਦੋਂ ਭਜਦਾ? ਕਹਿੰਦੇ ਕਈ ਕੋਟ, ਕਹਿੰਦੇ ਕਰੋੜਾਂ, ਕਈ ਕੋਟ ਪ੍ਰਦੇਸ਼ ਪਰਮਾਏ, ਠੀਕ ਹੈ, ਭਰਮ ਚੰਨੇ। ਇਸ ਕਰਕੇ ਜੋ ਸੰਗਤ ਤੋਂ ਪਹਿਲਾਂ ਹੋ ਗਿਆ ਅਕਾਲ ਖੇਡ ਖੇਡ ਗਿਆ, ਲੇਕਿਨ ਹੁਣ ਨਹੀਂ। ਜੇਕਰ ਹੁਣ ਵੀ ਅਸੀਂ ਇਹ ਸਤਿਗੁਰ ਦੀ ਨਾ ਮੰਨੀਏ, ਇਹਦਾ ਮਤਲਬ ਫਿਰ ਸਾਡੀ ਬੁੱਧ ਨਹੀਂ ਕੰਮ ਕਰਦੀ। ਜਿਵੇਂ ਕਿਸੇ ਬੱਚੇ ਨੂੰ ਮੈਥ ਨਹੀਂ ਸਮਝ ਆਉਂਦਾ, ਕਿਸੇ ਨੂੰ ਕੈਮਿਸਟਰੀ ਨਹੀਂ ਆਉਂਦੀ, ਕੋਈ ਹੋਰ ਕਈ CA ਕਰਦੇ ਨੇ, ਉਹ ਨਹੀਂ ਸਮਝ ਆਉਂਦੀ ਉਹਨਾਂ ਨੂੰ। ਦਿਮਾਗ ਤਾਂ ਹੁੰਦਾ ਲੇਕਿਨ ਨਹੀਂ ਪਕੜ ਜਾ ਰਹੀ।
ਇਸੇ ਤਰ੍ਹਾਂ ਮਹਾਰਾਜ ਕਹਿੰਦੇ ਗੁਰਬਾਣੀ ਨਹੀਂ ਪਕੜ ਚਾਹੁੰਦੀ ਛੇਤੀ, ਜਿੰਨਾ ਚਿਰ ਸੰਤਾਂ ਸਾਧੂਆਂ ਦਾ ਸੱਗ ਨਹੀਂ ਹੁੰਦਾ ਅਸੀਂ ਸਿਮਰ ਨਹੀਂ ਕਰਦੇ, ਉਹਨਾਂ ਚਿਰ ਨਹੀਂ ਪਕੜ ਚਾਹੁੰਦੀ। ਇਸ ਕਰਕੇ ਮਹਾਰਾਜ ਕਹਿੰਦੇ ਪੁੱਤ ਜੇ ਬੱਚੇ ਨੂੰ ਤੁਸੀਂ ਜਗਾਉਂਦੇ ਹੋ ਫਿਰ ਸਕੂਲ ਭੇਜ ਦਿਓ, ਪ੍ਰਸ਼ਾਦਾ ਪਾਣੀ ਛਕਾ ਕੇ ਉਹਦਾ ਬੈਗ ਦੇ ਕੇ ਸਾਰਾ ਕੁਛ। ਇਸੇ ਤਰ੍ਹਾਂ ਕਹਿੰਦੇ ਇਸ ਮਨ ਨੂੰ ਜਗਾਓ ਫਿਰ ਸ਼ਿਕਸ਼ਾ ਮਿਲੇਗੀ, ਸੱਚੀ ਸ਼ਿਕਸ਼ਾ। ਉਹਨਾਂ ਚਿਰ ਤੁਸੀਂ ਸੱਚ ਨੂੰ ਜਾਣ ਨਹੀਂ ਸਕਦੇ। ਇਸ ਕਰਕੇ ਮਹਾਰਾਜ ਕਹਿੰਦੇ ਸੱਚ ਤਾਂ ਪਰ ਜਾਣੀਏ ਜੇ ਸਿੱਖ ਸੱਚੀ ਲੈ।